ਘਰ 'ਚ ਵੜ ਕੇ ਨੂੰ ਸੱਸ ਦੀ ਕੁੱਟਮਾਰ ਕੀਤੀ ਤੇ ਘਰ ਦੇ ਸਮਾਨ ਦੀ ਵੀ ਭੰਨ ਤੋੜ ਕੀਤੀ ਅਤੇ ਮਹਿਲਾਵਾਂ ਨੇ ਕਿਸੇ ਤਰੀਕੇ ਭੱਜ ਕੇ ਆਪਣੀ ਜਾਨ ਬਚਾਈ। ਗੁੰਡਾਗਰਦੀ ਦੀਆਂ ਇਹ ਤਸਵੀਰਾਂ ਘਰ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈਆਂ, ਜਿਸਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਹਥਿਆਰਾਂ ਦੇ ਨਾਲ ਲੈਂਸ ਹੋ ਕੇ ਆਉਂਦਾ ਤੇ ਆਉਂਦੇ ਹੀ ਇਸ ਮਹਿਲਾ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ। ਹੁਣ ਤੁਹਾਨੂੰ ਦੱਸਦਿਆਂ ਕਿ ਇਹ ਮਾਮਲਾ ਕੀ ਹੈ। ਜਾਣਕਾਰੀ ਮੁਤਾਬਿਕ ਜਿਸ ਵਿਅਕਤੀ ਵੱਲੋਂ ਇਹਨਾਂ ਮਹਿਲਾਵਾਂ ਤੇ ਹਮਲਾ ਕੀਤਾ ਗਿਆ, ਇਹ ਇਹਨਾਂ ਦੇ ਰਿਸ਼ਤੇ ਦੇ ਵਿੱਚ ਭਤੀਜਾ ਲੱਗਦਾ ਅਤੇ ਨਸ਼ੇ ਕਰਨ ਦਾ ਆਦੀ ਹੈ ਅਤੇ ਨਸ਼ੇ ਵੇਚਦਾ ਵੀ ਹੈ ਅਤੇ ਇਹ ਵਿਅਕਤੀ ਪੀੜਤ ਮਹਿਲਾ ਦੇ ਪਤੀ ਨੂੰ ਗਲਤ ਸੰਗਤ ਦੇ ਵਿੱਚ ਪਾਉਣਾ ਚਾਹੁੰਦਾ ਤੇ ਮਹਿਲਾ ਇਹਨਾਂ ਨਸ਼ਾ ਤਸਕਰਾਂ ਨਾਲ ਆਪਣੇ ਪਤੀ ਨੂੰ ਮਿਲਣ ਤੋਂ ਰੋਕਦੀ ਹੈ, ਜਿਸ ਕਾਰਨ ਇਸ ਨਸ਼ੇੜੀ ਵਿਅਕਤੀ ਨੇ ਖੁੰਦਕ ਦੇ ਵਿੱਚ ਆ ਕੇ ਸ਼ਰੇਆਮ ਘਰ 'ਚ ਵੜ ਕੇ ਮਹਿਲਾ ਤੇ ਹਮਲਾ ਕਰ ਦਿੱਤਾ ਤੇ ਉਸਦੀ ਸੱਸ ਦੀ ਵੀ ਕੁੱਟਮਾਰ ਕੀਤੀ। ਪੀੜਤਾ ਨੇ ਕਿਹਾ ਕਿ ਇਹ ਰਾਤ ਵੀ ਧਮਕੀ ਦੇ ਕੇ ਗਿਆ ਸੀ ਤੇ ਸਵੇਰੇ ਆ ਕੇ ਇਸਨੇ ਫੇਰ ਇਹਨਾਂ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਇਹ ਮਹਿਲਾਵਾਂ ਆਪਣੇ ਘਰ 'ਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਪੀੜਤ ਨੂੰ ਅਤੇ ਸੱਸ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਹਨਾਂ ਨਸ਼ੇੜੀਆਂ ਤੇ ਨਕੇਲ ਕੱਸੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਵੀ ਦਿੱਤਾ ਜਾਵੇ। ਇਹ ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਨਵੀਂ ਆਬਾਦੀ ਜੀਰਾ ਗੇਟ ਤੋਂ ਸਾਹਮਣੇ ਆਇਆ। ਫਿਲਹਾਲ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ, ਪਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਨਸ਼ੇੜੀਆਂ ਦੇ ਖਿਲਾਫ ਕੀ ਸਖਤ ਕਾਰਵਾਈ ਕਰਦੀ ਹੈ। ਕੀ ਹੋਇਆ, ਜਿਹੜੀ ਗੁੰਡਾਗਰਦੀ ਹੋਈ, ਕਿਹਨਾਂ ਨੇ ਕੀਤੀ ਆ? ਇਹ ਗੁਰਦੇਵ ਸਿੰਘ, ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ, ਤਿੰਨੋਂ ਜਾਣੇ ਆਏ ਸਾਡੇ ਘਰੇ। ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ, ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ, ਇਹ ਨਸ਼ਾ ਕਰਨ ਦੇ ਆਦੀ ਨੇ, ਮੇਰੇ ਪਤੀ ਨੂੰ ਬੁਰੀ ਸੰਗਤ 'ਚ ਪਾਉਣਾ ਚਾਹੁੰਦੇ ਨੇ, ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਘਰ ਨਹੀਂ ਹੈਗਾ ਤੇ ਇਹਨਾਂ ਨੇ ਆ ਕੇ ਖੰਡੇ ਕਿਰਪਾਨਾਂ ਲੋਹੇ ਦੀਆਂ ਰਾੜਾਂ ਨਾਲ ਮੇਰੇ 'ਤੇ ਹਮਲਾ ਕੀਤਾ। ਮੈਂ ਬੜੀ ਮੁਸ਼ਕਲ ਨਾਲ ਬਚੀ ਹਾਂ, ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ ਤੇ ਇਹਨਾਂ 'ਤੇ ਕਿੰਨੇ ਕੁ ਜਿਹੜੇ ਲੈਸ ਹੋ ਕੇ ਆਏ ਕਿਸੇ ਚੀਜ਼ਾਂ ਨਾਲ ਹਥਿਆਰ ਤੋਂ? ਹਾਂਜੀ, ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ, ਹੋਰ ਰਾੜਾਂ ਸੀ ਲੋਹੇ ਦੀਆਂ ਤੇ ਅੰਡੈਵਰ ਗੱਡੀ ਤੇ ਆਏ ਸੀ। ਕਿਸ ਤਰ੍ਹਾਂ ਦੇ ਬੰਦੇ, ਕਿਸ ਤਰ੍ਹਾਂ ਦੇ ਨੇ, ਕ੍ਰਿਮੀਨਲ? ਹਾਂਜੀ, ਇਹਨਾਂ ਨੇ ਫੁੱਲ ਨਸ਼ਾ ਕੀਤਾ ਹੋਇਆ ਸੀ ਤਿੰਨਾਂ ਨੇ ਤੇ ਨਾਲ ਚਾਰ ਅਣਪਛਾਤੀ ਹੋਰ ਵੀ ਲੈ ਕੇ ਆਏ ਸੀ। ਬੰਦੇ ਲੈ ਕੇ? ਹਾਂਜੀ, ਬੰਦੇ ਲੈ ਕੇ ਆਏ ਸੀ। ਘਰ ਦੇ ਅੰਦਰ ਦਾਖਲ ਹੋ ਗਏ? ਘਰ ਦੇ ਅੰਦਰ ਦਾਖਲ ਹੋ ਗਏ ਜੀ, ਮੈਂ ਤੇ ਮੇਰੀ ਸੱਸ ਦੋਨੋਂ ਹੀ ਸੀ ਘਰੇ, ਸਾਡੇ ਘਰੇ ਕੋਈ ਬੰਦਾ ਨਹੀਂ ਸੀ ਹੈਗਾ ਤੇ ਇਹਨਾਂ ਨੇ ਆਉਂਦਿਆਂ ਹੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਮੇਰੇ ਨਾਲ ਖੰਡੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਗੁਰਦੇਵ ਸਿੰਘ ਨੇ ਤੁਹਾਡੇ ਪੇਟ 'ਚ ਮਾਰੇ? ਪੇਟ ਤੇ ਮਾਰਿਆ, ਮੇਰੀ ਬਾਂਹ ਤੇ ਆ, ਗੁੱਟ ਤੇ ਆ। ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ, ਆਪਦੇ ਵੱਲੋਂ ਤਾਂ ਮਾਰ ਨਹੀਂ ਆਏ ਸੀ, ਪਰਮਾਤਮਾ ਦੀ ਕਿਰਪਾ ਨਾਲ ਮੈਂ ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ। ਇਸ ਤਰ੍ਹਾਂ ਦੀ ਨੱਥ ਪੈਣੀ ਚਾਹੀਦੀ? ਹਾਂਜੀ ਜ਼ਰੂਰ, ਗੁੰਡਾਗਰਦੀ ਤੇ ਨੱਥ ਪੈਣੀ ਚਾਹੀਦੀ ਹੈ। ਮੈਂ ਦਿਨ ਦਿਹਾੜੇ ਆ ਕੇ ਕਿਸੇ ਦੇ ਘਰੇ ਮਾਰਨਾ ਤੇ ਘਰ ਦੇ ਵਿੱਚ ਜੇ ਆਪਾਂ ਬਾਹਰੋਂ ਕੋਈ ਲੜਦਾ ਆਪਾਂ ਘਰ ਨੂੰ ਭਜਦੇ, ਜੇ ਆਪਾਂ ਘਰੇ ਹੀ ਸੇਫ ਨਹੀਂ ਤਾਂ ਆਪਾਂ ਕਿੱਥੇ ਜਾਵਾਂਗੇ ਤੇ ਸਰਕਾਰ ਨੂੰ ਮੇਰੀ ਇਹੀ ਬੇਨਤੀ ਕਿ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਵੇ ਤੇ ਜੋ ਵੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਹਾਂਜੀ, ਫੜਿਆ ਜਾਵੇ, ਇਹ ਫਰਾਰ ਨੇ ਤੇ ਇਹਨਾਂ ਦੇ ਇਹੀ ਕੰਮ ਨੇ, ਲੋਕਾਂ ਦੇ ਘਰਾਂ 'ਚ ਵੜ ਕੇ ਧੱਕਾ ਕਰਦੇ, ਗੁੰਡਾਗਰਦੀ ਕਰਦੇ। ਇਹ ਦਾਣਾ ਮੰਡੀ ਦੇ ਨੇ, ਹੈ ਰਿਸ਼ਤੇ 'ਚ ਮੇਰੇ ਭਤੀਜੇ ਨੇ, ਪਰ ਅਸੀਂ ਇਹਨਾਂ ਨਾਲ ਵਰਤਦੇ ਨੀ, ਇਹਨਾਂ ਕਰਤੂਤਾਂ ਤੋਂ ਹੀ ਨੀ ਵਰਤਦੇ ਜੀ ਇਹਨਾਂ ਨਾਲ। ਕੀ ਕਰਦੇ ਨੇ? ਉਹ ਗੁੰਡਾਗਰਦੀ ਕਰਦੇ ਨੇ, ਇਹੀ ਨਸ਼ੇ। ਹਾਂਜੀ, ਨਸ਼ੇ ਦੇ ਵੀ, ਨਸ਼ੇ ਦਾ ਕੰਮ ਕਰਦੇ ਨੇ। ਹਾਂਜੀ, ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ। ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ, ਸਿਰਫ ਮੇਰੀ ਨੂੰਹ ਨੇ ਇਹੀ ਆਖਿਆ ਵੀ ਮੇਰੇ ਘਰ ਵਾਲਾ ਘਰ ਨੀ ਹੈਗਾ, ਅਸੀਂ ਨੂੰਹ ਸੱਸ ਘਰ ਸੀ। ਇਹਨਾਂ ਨੇ ਆ ਕੇ ਬਸ ਪੁੱਛਿਆ, ਰਾਤੀ ਪੁੱਛ ਕੇ ਗਏ ਨੇ, ਰਾਤੀ ਵੀ ਬੋਲ ਕੇ ਗਿਆ ਤੇ ਸਵੇਰੇ ਫੇਰ ਆ ਗਿਆ 11 ਵਜੇ।
ਫਿਰ ਬੰਦੇ ਲੈ ਕੇ ਆਇਆ ਸੀ ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਦਾਖਲ ਹੋਵੇ, ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨੀ ਹੈਗਾ। ਪਰ ਓਹਨੇ ਖੁੰਦਕ ਰੱਖੀ, ਉਹ ਸਵੇਰੇ ਫੇਰ ਆ ਗਿਆ। ਪਰ ਕਿੰਨੀ ਕੁ ਹੱਦ ਕੀਤੀ, ਬਹੁਤ ਹੱਦ ਕੀਤੀ, ਮੇਰੀ ਨੂੰਹ ਤੇ ਖੰਡਿਆਂ ਦੇ ਵਾਰ ਕੀਤੇ, ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ। ਨਸ਼ੇ ਹਾਂਜੀ, ਨਸ਼ੇ ਚ ਧੁੱਤ ਸੀ। ਅੱਛਾ, ਤੇ ਪੁਲਿਸ ਵੱਲੋਂ ਹੁਣ ਕੋਈ ਸਖਤੀ ਨੀ ਕਰ ਰਹੀ? ਪੁਲਿਸ ਵੱਲੋਂ ਕੋਈ ਸਖਤੀ ਕਾਰਵਾਈ ਕੋਈ ਨੀ, ਇਹਨਾਂ ਨੂੰ ਫੜ ਨੀ ਹੁੰਦਾ, ਕੋਈ ਫੜਦੇ ਨੀ ਪਏ। ਔਰਤਾਂ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਕਿਸ ਤਰ੍ਹਾਂ ਨੇ ਔਰਤਾਂ ਘਰ ਦੇ ਵਿੱਚ? ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ। ਬਾਹਰ ਵੀ? ਹਾਂਜੀ, ਜੇ ਘਰ ਚ ਨੀ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ। ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏ, ਇਹਨਾਂ ਨੂੰ ਫੜਿਆ ਜਾਏ, ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏ। ਗੁਰਮੀਤ ਕੌਰ ਦੇ ਬਿਆਨਾਂ ਤੇ ਪਰਚਾ ਪਹੁੰਚਿਆ, ਉਹਨੇ ਕਿਹਾ ਵੀ ਜਿਹੜਾ ਗੁਰਦੀਪ ਸਿੰਘ ਆ ਉਰਫ ਦੀਪੂ ਮੇਰੇ ਮਾਮੇ ਸਹੁਰੇ ਦਾ ਮੁੰਡਾ, ਉਹ ਮੇਰੇ ਘਰ ਵਾਲੇ ਨੂੰ ਪੁੱਛਦਾ ਸੀ ਵੀ ਸਾਹਬਾ ਕਿੱਥੇ ਆ, ਤੇ ਮੈਂ ਉਹਨੂੰ ਕਿਹਾ ਸੀ ਵੀ ਉਹ ਘਰੇ ਨੀਗਾ। ਮੈਂ ਉਹ ਗੁਰਮੀਤ ਕੌਰ ਨੇ ਇਹ ਲਿਖਾਇਆ ਵੀ ਮੈਂ ਉਹਨੂੰ ਰੋਕਦੀ ਹਾਂ ਵੀ ਇਹਨੂੰ ਨਾ ਮਿਲ, ਤੇ ਉਹ ਮਿਲਣਾ ਚਾਹੁੰਦਾ ਸੀ ਉਹਨੂੰ, ਤੇ ਹੈਗਾ ਘਰੇ ਸੀ ਤੇ ਉਹਨੇ ਇਸ ਕਾਰਨ ਗੁੱਸੇ ਚ ਆ ਕੇ ਕਿ ਇਹ ਮੈਨੂੰ ਮਾਰ ਕੁੱਟ ਕੀਤੀ ਆ ਤੇ ਮੇਰੇ ਘਰ ਦੀ ਭੰਨ ਤੋੜ ਕੀਤੀ ਆ। ਤੇ ਹੋਰ ਕੀ ਸੀਸੀਟੀਵੀ ਆ ਆਪਣੇ ਕੋਲ ਸਾਹਮਣੇ? ਜਿੱਥੇ ਸੀਸੀਟੀਵੀ ਚ ਸਾਡੇ ਸਾਹਮਣੇ ਫੋਟੋਜ਼ ਆਈ ਆ ਉਹਦੇ, ਉਹ ਮਾਰ ਰਿਹਾ ਡੰਡਾ, ਉਹਨੂੰ ਗਾਲੀ ਗਲੋਚ ਕਰ ਰਿਹਾ, ਦੋ ਬੰਦੇ ਉਹਦੇ ਨਾਲ ਹੋਰ ਆ ਵੀ ਨਾਮਜ਼ਦ ਕੀਤੇ ਆ। ਉਹਦੇ ਬਿਆਨਾਂ ਤੇ ਪਰਚਾ ਦਰਜ ਕਰਤਾ, ਪਰਚਾ ਦਰਜ ਕਰਕੇ ਅਸੀਂ ਜੋ ਅਗਲੀ ਕਾਰਵਾਈ ਹੋਊਗੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ। ਮਾੜੀ ਸੰਗਤ ਤੇ ਲਾਉਣਾ ਚਾਹੁੰਦਾ ਸੀ? ਹਾਂ, ਮਾੜੀ ਸੰਗਤ ਵਿੱਚ ਪਾਉਣਾ ਚਾਹੁੰਦਾ, ਇਸ ਕਰਕੇ ਉਹਦੇ ਨਾਲ ਰੋਕ, ਇਸ ਲਈ ਉਹਨੇ ਉਹ ਆਪਦੇ ਘਰ ਵਾਲੇ ਤੋਂ ਉਹਨੂੰ ਰੋਕਦੀ ਸੀ ਮਿਲਣ ਤੋਂ ਵੀ ਇਹ ਮਾੜੀ ਸੰਗਤ ਵਿੱਚ ਨਸ਼ੇ ਪੱਤੀ ਚ ਨਾ ਹੋਵੇ, ਇਸ ਲਈ ਉਹਨੇ ਉਹਨੂੰ ਝੂਠ ਮਾਰਿਆ। ਉਹਨੇ ਫਿਰ ਗੁੱਸੇ ਚ ਆ ਕੇ ਉਹਦੀ ਕੁੱਟ ਮਾਰ ਕੀਤੀ ਹੈ, ਜਦੋਂ ਵੀ ਮਿਲ ਗਿਆ ਸੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਪਾਵਾਂਗੇ।